ਜਿਹੜੇ ਕੈਂਡੀਡੇਟ ਅਨਾਊਂਸ ਕੀਤੇ ਆ, ਪਹਿਲਾਂ ਤਾਂ ਇਹ ਗੱਲ ਸਾਹਮਣੇ ਆ ਗਈ ਕਿ ਹੁਣ ਹੋਰ ਆਮ ਆਦਮੀ ਪਾਰਟੀ ਕੋਲ ਨਹੀਂ ਰਹੀ, ਔਰ ਹੁਣ 92 MLA ਜਿਹੜੀ ਪਾਰਟੀ ਨੇ ਜਿੱਤੇ ਸੀ ਉਹਨੂੰ 5 ਤਾਂ ਮੰਤਰੀ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਪਿਆ, ਔਰ ਦੂਜਾ ਇੱਕ ਕਾਂਗਰਸ ਤੋਂ ਸਾਬਕਾ MLA ਲਿਆ ਉਹਨੂੰ ਮੈਦਾਨ ਦੇ ਵਿੱਚ ਉਤਾਰਿਆ, ਇੱਕ ਤਾਂ ਆਰਟਿਸਟ ਲੱਭ ਕੇ ਉਤਾਰਿਆ। ਸੋ ਜਿਹੜੀ ਸਥਿਤੀ ਹੈ, ਇੱਕ ਕਾਂਗਰਸ ਦਾ ਹੋਰ ਸਿਟਿੰਗ MLA ਉਹਨੂੰ ਵੀ ਜਿਹੜਾ ਉੱਥੋਂ ਅਸਤੀਫਾ ਦਵਾਇਆ ਗਿਆ ਇਸੇ ਪਰਪਜ਼ ਵਾਸਤੇ। ਇੱਥੋਂ ਜਿਹੜੀ ਹਾਲੋਨੈਸ ਹੈ, ਖੋਖਲਾਪਣ ਹੈ ਆਮ ਆਦਮੀ ਪਾਰਟੀ ਦਾ ਕਿ ਹੁਣ ਇਸ ਵੇਲੇ ਸਥਿਤੀ ਇਹ ਹੈ ਕਿ ਇਹਨਾਂ ਵਾਸਤੇ ਉਮੀਦਵਾਰ ਵੀ ਇਸ ਪਾਰਟੀ ਨੂੰ ਆਮ ਲੋਕਾਂ ਦੇ ਵਿੱਚੋਂ ਨਹੀਂ ਲੱਭ ਰਿਹਾ, ਇੱਕ ਤਾਂ ਇਸ ਚੀਜ਼ ਨੇ ਇਹ ਸਾਬਤ ਕਰ ਦਿੱਤਾ। ਅਤੇ ਇਹਦਾ ਮਤਲਬ ਹੈ ਕਿ ਸਰਕਾਰ ਸਿਰਫ ਚੋਣਾਂ ਲੜਨ ਵਾਸਤੇ ਰਹਿ ਗਈ, ਜਿਹੜੀ ਜਨਤਾ ਦੀ ਸੇਵਾ ਦਾ ਜਿਹੜਾ ਕੰਸੈਪਟ ਸੀ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਇਹ ਕਰਾਂਗੇ, ਉਹ ਤਾਂ ਬਿਲਕੁਲ ਹੀ ਖਤਮ ਹੋ ਗਿਆ।